ਜੋ ਕਿ ਪਰਸੋਂ ਬੇਮੌਸਮੀ ਬਾਰਿਸ਼ ਆਈ ਹੈ, ਨਾਲ ਗੜੇਮਾਰੀ ਹੋਈ ਹੈਗੀ, ਜਿਹਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂਗੇ ਵੀ ਸਾਡੇ ਨਗਰ ਦੀ ਜਿਹੜੀ ਫਸਲ ਆ ਉਹ ਵੇਖ ਕੇ ਉਹਦੀ ਗੁਰਦੌਰੀ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਜਿਹੜਾ ਬਣਦਾ ਮਾਜਵਾ ਗਾ ਸਰਕਾਰ ਨੂੰ ਉਹ ਦਿੱਤਾ ਜਾਵੇ। ਪਰਸੋਂ ਮੀਂਹ ਅਤੇ ਗੜੇਮਾਰੀ ਨਾਲ ਸਾਡੇ ਬਾਜਕ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਹਦੇ ਵਿੱਚੋਂ 800 ਤੋਂ 1000 ਏਕੜ ਜ਼ਮੀਨ ਕਣਕ ਦੀ ਬਿਲਕੁਲ ਤਬਾਹ ਹੋ ਗਈ ਹੈ, ਜੋ ਕਿ ਇੱਕ ਮਣ ਵੀ ਨਹੀਂ ਹੁੰਦੀ ਕਿੱਲੇ ਦੀ। ਇਹਦੇ ਵਾਸਤੇ ਅਸੀਂ ਅੱਜ ਪਿੰਡ ਬਾਜਕ ਤੋਂ ਅਸੀਂ ਟਰੈਕਟਰ ਟਰਾਲੀਆਂ 'ਤੇ ਆਈ ਆਏ ਹਾਂ DC ਸਾਹਿਬ ਨੂੰ ਮੰਗ ਪੱਤਰ ਦੇਣ ਜੀ ਸਾਡੀ ਗਰਦੌਰੀ ਕਰਾ ਕੇ ਸਾਡਾ ਬਣਦਾ ਮਾਜਵਾ ਦਿੱਤਾ ਜਾਵੇ। ਕਿੰਨੀ ਸਾਡੀ 1000 ਏਕੜ ਦੇ ਕਰੀਬ ਸੀ ਸਾਰੇ ਪਿੰਡ ਦੀ ਬਾਜਕ ਪਿੰਡ ਸਾਡੇ ਜੀ 1000 ਕਿੱਲੇ ਦੇ ਏਕੜ ਗੜਿਆਂ ਨੇ ਤਬਾਹੀ ਉਠਾਤੀ, ਸ਼ੇਰ ਵੀ ਤਾਣੇ ਹੈ ਨਹੀਂ ਜੀ। ਵੀ DC ਸਾਹਿਬ ਨੂੰ ਅਸੀਂ ਤਾਂ ਇਹੀ ਕਰਨ ਆਏ ਹਾਂ, ਕਹਿਣ ਆਏ ਹਾਂ ਵੀ ਸਾਨੂੰ ਗਰਦੌਰੀ ਕਰਾ ਕੇ ਅਤੇ ਤੁਰਤ ਸਾਨੂੰ ਮਾਜਵਾ ਦਿੱਤਾ ਜਾਵੇ। ਕਿੰਨੀ ਫਸਲ ਬੀਜੀ? ਹਾਂਜੀ ਕਿੰਨੀ ਬੀਜੀ ਫਸਲ? ਫਸਲ ਮੇਰੇ ਕੋਲ 20-22 ਕਿੱਲੇ ਸੀਗੇ ਜੀ। ਹਾਂਜੀ ਸਾਰੀ ਨੁਕਸਾਨ ਹੈ ਜੀ, ਉਹ ਤਾਂ ਮੌਕੇ 'ਤੇ ਜਾ ਕੇ ਪਟਵਾਰੀ ਵੇਖੂਗਾ ਜੀ ਜਿਹਦਾ ਨੁਕਸਾਨ ਹੈ। ਜੇ ਹੁਣ ਕੋਈ ਐਵੇਂ ਆਖੂਗਾ ਤਾਂ ਉਹ ਤਾਂ ਦਿਸੂਗੀ, ਫਸਲ ਹੀ ਦਿਸੂਗੀ ਵੀ ਜਿਹੜੀ ਵੱਢ ਕੇ ਕਰੀ ਪਈ ਹੈ ਚੂਰਾ, ਉਹਨੂੰ ਬਣ ਜਾ ਮੁਆਵਜ਼ਾ ਦੇ ਦੇ ਜਿਹਦੀ ਖੜੀ ਆ। ਉਹ ਤਾਂ ਹੁਣ ਪਤਾ ਹੀ ਹੈ, ਸਰਕਾਰ ਨੂੰ ਪਤਾ ਹੁੰਦਾ ਵੀ ਕਣਕ 9 ਖੜੀ ਹੈ। ਹਾਂ ਮੌਕੇ 'ਤੇ ਜਾ ਕੇ ਗਰਦੌਰੀ ਕਰਕੇ ਮਾਜਵਾ ਦਿੱਤਾ ਜਾਵੇ। ਜੋ ਕਿ ਪਰਸੋਂ ਬੇਮੌਸਮੀ ਬਾਰਿਸ਼ ਆਈ ਹੈ, ਨਾਲ ਗੜੇਮਾਰੀ ਹੋਈ ਹੈਗੀ, ਜਿਹਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂਗੇ ਵੀ ਸਾਡੇ ਨਗਰ ਦੀ ਜਿਹੜੀ ਫਸਲ ਆ ਉਹ ਵੇਖ ਕੇ ਉਹਦੀ ਗਰਦੌਰੀ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਜਿਹੜਾ ਬਣਦਾ ਮਾਜਵਾ ਗਾ ਸਰਕਾਰ ਨੂੰ ਉਹ ਦਿੱਤਾ ਜਾਵੇ। ਪਰਸੋਂ ਮੀਂਹ ਅਤੇ ਗੜੇਮਾਰੀ ਨਾਲ ਸਾਡੇ ਬਾਜਕ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਹਦੇ ਵਿੱਚੋਂ 800 ਤੋਂ 1000 ਏਕੜ ਜ਼ਮੀਨ ਕਣਕ ਦੀ ਬਿਲਕੁਲ ਤਬਾਹ ਹੋ ਗਈ ਹੈ, ਜੋ ਕਿ ਇੱਕ ਮਣ ਵੀ ਨਹੀਂ ਹੁੰਦੀ ਕਿੱਲੇ ਦੀ। ਇਹਦੇ ਵਾਸਤੇ ਅਸੀਂ ਅੱਜ ਪਿੰਡ ਬਾਜਕ ਤੋਂ ਅਸੀਂ ਟਰੈਕਟਰ ਟਰਾਲੀਆਂ 'ਤੇ ਆਈ ਆਏ ਹਾਂ DC ਸਾਹਿਬ ਨੂੰ ਮੰਗ ਪੱਤਰ ਦੇਣ ਜੀ ਸਾਡੀ ਗਰਦੌਰੀ ਕਰਾ ਕੇ ਸਾਡਾ ਬਣਦਾ ਮਾਜਵਾ ਦਿੱਤਾ ਜਾਵੇ। ਕਿੰਨੀ ਸਾਡੀ 1000 ਏਕੜ ਦੇ ਕਰੀਬ ਸੀ ਸਾਰੇ ਪਿੰਡ ਦੀ ਬਾਜਕ ਪਿੰਡ ਸਾਡੇ ਜੀ 1000 ਕਿੱਲੇ ਦੇ ਏਕੜ ਗੜਿਆਂ ਨੇ ਤਬਾਹੀ ਉਠਾਤੀ, ਸ਼ੇਰ ਵੀ ਤਾਣੇ ਹੈ ਨਹੀਂ ਜੀ। ਵੀ DC ਸਾਹਿਬ ਨੂੰ ਅਸੀਂ ਤਾਂ ਇਹੀ ਕਰਨ ਆਏ ਹਾਂ, ਕਹਿਣ ਆਏ ਹਾਂ ਵੀ ਸਾਨੂੰ ਗਰਦੌਰੀ ਕਰਾ ਕੇ ਅਤੇ ਤੁਰਤ ਸਾਨੂੰ ਮਾਜਵਾ ਦਿੱਤਾ ਜਾਵੇ। ਕਿੰਨੀ ਫਸਲ ਬੀਜੀ? ਹਾਂਜੀ ਕਿੰਨੀ ਬੀਜੀ ਫਸਲ? ਫਸਲ ਮੇਰੇ ਕੋਲ 20-22 ਕਿੱਲੇ ਸੀਗੇ ਜੀ। ਹਾਂਜੀ ਸਾਰੀ ਨੁਕਸਾਨ ਹੈ ਜੀ, ਉਹ ਤਾਂ ਮੌਕੇ 'ਤੇ ਜਾ ਕੇ ਪਟਵਾਰੀ ਵੇਖੂਗਾ ਜੀ ਜਿਹਦਾ ਨੁਕਸਾਨ ਹੈ। ਜੇ ਹੁਣ ਕੋਈ ਐਵੇਂ ਆਖੂਗਾ ਤਾਂ ਉਹ ਤਾਂ ਦਿਸੂਗੀ, ਫਸਲ ਹੀ ਦਿਸੂਗੀ ਵੀ ਜਿਹੜੀ ਵੱਢ ਕੇ ਕਰੀ ਪਈ ਹੈ ਚੂਰਾ, ਉਹਨੂੰ ਬਣ ਜਾ ਮੁਆਵਜ਼ਾ ਦੇ ਦੇ ਜਿਹਦੀ ਖੜੀ ਆ। ਉਹ ਤਾਂ ਹੁਣ ਪਤਾ ਹੀ ਹੈ, ਸਰਕਾਰ ਨੂੰ ਪਤਾ ਹੁੰਦਾ ਵੀ ਕਣਕ 9 ਖੜੀ ਹੈ। ਹਾਂ ਮੌਕੇ 'ਤੇ ਜਾ ਕੇ ਗਰਦੌਰੀ ਕਰਕੇ ਮਾਜਵਾ ਦਿੱਤਾ ਜਾਵੇ। ਜੋ ਕਿ ਪਰਸੋਂ ਬੇਮੌਸਮੀ ਬਾਰਿਸ਼ ਆਈ ਹੈ, ਨਾਲ ਗੜੇਮਾਰੀ ਹੋਈ ਹੈਗੀ, ਜਿਹਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂਗੇ ਵੀ ਸਾਡੇ ਨਗਰ ਦੀ ਜਿਹੜੀ ਫਸਲ ਆ ਉਹ ਵੇਖ ਕੇ ਉਹਦੀ ਗਰਦੌਰੀ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਜਿਹੜਾ ਬਣਦਾ ਮਾਜਵਾ ਗਾ ਸਰਕਾਰ ਨੂੰ ਉਹ ਦਿੱਤਾ ਜਾਵੇ। ਪਰਸੋਂ ਮੀਂਹ ਅਤੇ ਗੜੇਮਾਰੀ ਨਾਲ ਸਾਡੇ ਬਾਜਕ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਹਦੇ ਵਿੱਚੋਂ 800 ਤੋਂ 1000 ਏਕੜ ਜ਼ਮੀਨ ਕਣਕ ਦੀ ਬਿਲਕੁਲ ਤਬਾਹ ਹੋ ਗਈ ਹੈ, ਜੋ ਕਿ ਇੱਕ ਮਣ ਵੀ ਨਹੀਂ ਹੁੰਦੀ ਕਿੱਲੇ ਦੀ। ਇਹਦੇ ਵਾਸਤੇ ਅਸੀਂ ਅੱਜ ਪਿੰਡ ਬਾਜਕ ਤੋਂ ਅਸੀਂ ਟਰੈਕਟਰ ਟਰਾਲੀਆਂ 'ਤੇ ਆਈ ਆਏ ਹਾਂ DC ਸਾਹਿਬ ਨੂੰ ਮੰਗ ਪੱਤਰ ਦੇਣ ਜੀ ਸਾਡੀ ਗਰਦੌਰੀ ਕਰਾ ਕੇ ਸਾਡਾ ਬਣਦਾ ਮਾਜਵਾ ਦਿੱਤਾ ਜਾਵੇ। ਕਿੰਨੀ ਸਾਡੀ 1000 ਏਕੜ ਦੇ ਕਰੀਬ ਸੀ ਸਾਰੇ ਪਿੰਡ ਦੀ ਬਾਜਕ ਪਿੰਡ ਸਾਡੇ ਜੀ 1000 ਕਿੱਲੇ ਦੇ ਏਕੜ ਗੜਿਆਂ ਨੇ ਤਬਾਹੀ ਉਠਾਤੀ, ਸ਼ੇਰ ਵੀ ਤਾਣੇ ਹੈ ਨਹੀਂ ਜੀ। ਵੀ DC ਸਾਹਿਬ ਨੂੰ ਅਸੀਂ ਤਾਂ ਇਹੀ ਕਰਨ ਆਏ ਹਾਂ, ਕਹਿਣ ਆਏ ਹਾਂ ਵੀ ਸਾਨੂੰ ਗਰਦੌਰੀ ਕਰਾ ਕੇ ਅਤੇ ਤੁਰਤ ਸਾਨੂੰ ਮਾਜਵਾ ਦਿੱਤਾ ਜਾਵੇ।
ਹਾਂਜੀ ਫਸਲ ਮੇਰੇ ਕੋਲ 20-22 ਕਿੱਲੇ ਸੀਗੇ ਜੀ। ਹਾਂਜੀ ਸਾਰੀ ਨੁਕਸਾਨ ਹੈ ਜੀ। ਉਹ ਤਾਂ ਮੌਕੇ 'ਤੇ ਜਾ ਕੇ ਪਟਵਾਰੀ ਵੇਖੂਗਾ ਜੀ ਜਿਹਦਾ ਨੁਕਸਾਨ ਹੈ। ਜੇ ਹੁਣ ਕੋਈ ਐਵੇਂ ਆਖੂਗਾ ਤਾਂ ਉਹ ਤਾਂ ਦਿਸੂਗੀ, ਫਸਲ ਹੀ ਦਿਸੂਗੀ ਵੀ ਜਿਹੜੀ ਵੱਢ ਕੇ ਕਰੀ ਪਈ ਹੈ ਚੂਰਾ, ਉਹਨੂੰ ਬਣ ਜਾ ਮੁਆਵਜ਼ਾ ਦੇ ਦੇ ਜਿਹਦੀ ਖੜੀ ਆ। ਉਹ ਤਾਂ ਹੁਣ ਪਤਾ ਹੀ ਹੈ, ਸਰਕਾਰ ਨੂੰ ਪਤਾ ਹੁੰਦਾ ਵੀ ਕਣਕ 9 ਖੜੀ ਹੈ। ਹਾਂ, ਮੌਕੇ 'ਤੇ ਜਾ ਕੇ ਗਰਦੌਰੀ ਕਰਕੇ ਮੁਆਵਜ਼ਾ ਦਿੱਤਾ ਜਾਵੇ।